ਜੈਕਾਰਾ ਲੱਖਦਾ ਤੇ ਪੀਰ ਦਾ ਬੋਲ ਸੱਚੇ ਦਰਬਾਰ ਕੀ ਜੈ। ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਤੁਹਾਨੂੰ ਪੀਰ ਲੱਖਾਂ ਦੇ ਦਾਤੇ ਦੇ ਇੱਕ ਬਹੁਤ ਹੀ ਆਲੀਸ਼ਾਨ ਦਰਬਾਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ, ਜੋ ਕਿ ਮਾਲਪੁਰ ਦੇ ਲਾਗੇ ਪਿੰਡ ਭਾਮ ਵਿੱਚ ਸਥਿਤ ਹੈ। ਆਓ ਪਿਆਰੀ ਸਾਧ ਸੰਗਤ ਜੀ, ਇੱਕ ਮਨ ਇੱਕ ਚਿੱਤ ਹੋ ਕੇ ਬੜੀ ਸ਼ਰਧਾ ਨਾਲ ਲੱਖਾਂ ਦੇ ਦਾਤੇ ਦੇ ਦਰਬਾਰ ਦੇ ਦਰਸ਼ਨ ਕਰੀਏ। ਲਾਲਾਂ ਵਾਲਾ ਤਾਂ ਬੈਠਾ ਉੱਚੇ ਬੰਗਲੇ ਜੀ, ਪੀੜੇ ਰੰਗਲੇ, ਤੇਰੀਆਂ ਸੰਗਤਾਂ ਤਾਂ ਆਈਆਂ ਦੂਰੋਂ ਚੱਲ ਕੇ ਜੀ, ਹੱਥ ਬੰਨ ਕੇ ਤੁਸੀਂ ਦਿਓ ਮੁਰਾਦਾਂ ਪੀਰਾ ਮੰਗੀਆਂ ਜੀ। ਸਖੀ ਸਰਵਰ ਤਾਂ ਬੈਠਾ ਉੱਚੇ ਬੰਗਲੇ ਜੀ, ਪੀੜੇ ਰੰਗਲੇ, ਤੇਰੀਆਂ ਸੰਗਤਾਂ ਤਾਂ ਆਈਆਂ ਦੂਰੋਂ ਚੱਲ ਕੇ ਜੀ, ਹੱਥ ਬੰਨ ਕੇ ਤੁਸੀਂ ਦਿਓ ਮੁਰਾਦਾਂ ਪੀਰਾ ਮੰਗੀਆਂ ਜੀ। ਪਿਆਰੀ ਸਾਧ ਸੰਗਤ ਜੀ, ਇਹ ਦਰਬਾਰ ਦਾ ਅੰਦਰਲਾ ਹਿੱਸਾ ਜਿੱਥੇ ਲੱਖਾਂ ਦੇ ਦਾਤੇ ਦੀ ਬਹੁਤ ਹੀ ਖੂਬਸੂਰਤ ਅਤੇ ਪਿਆਰੀ ਪ੍ਰਤਿਮਾ ਰੱਖੀ ਹੋਈ ਆ, ਜੋ ਕਿ ਕੱਕੀ 'ਤੇ ਸਵਾਰ ਲੱਖਾਂ ਦੇ ਦਾਤੇ ਦੀ ਪ੍ਰਤਿਮਾ ਬਹੁਤ ਹੀ ਜ਼ਿਆਦਾ ਖੂਬਸੂਰਤ ਆ। ਇੱਥੇ ਹੀ ਪਿਆਰੀ ਸਾਧ ਸੰਗਤ ਜੀ, ਪ੍ਰਤਿਮਾ ਦੇ ਕੋਲ ਹੀ ਲੱਖਾਂ ਦੇ ਦਾਤੇ ਦੇ ਪੰਜ ਚਿਰਾਗ ਜਗਦੇ ਆ, ਜੋ ਕਿ ਹਰ ਵਕਤ ਇੱਥੇ ਹੀ ਜਗਦੇ ਰਹਿੰਦੇ ਆ। ਮੀਆਂ ਰਾਣਾ ਤਾਂ ਬੈਠਾ ਉੱਚੇ ਬੰਗਲੇ ਜੀ, ਪੀੜੇ ਰੰਗਲੇ, ਤੇਰੀਆਂ ਸੰਗਤਾਂ ਤਾਂ ਆਈਆਂ ਦੂਰੋਂ ਚੱਲ ਕੇ ਜੀ, ਹੱਥ ਬੰਨ ਕੇ ਤੁਸੀਂ ਦਿਓ ਮੁਰਾਦਾਂ ਪੀਰਾ ਮੰਗੀਆਂ ਜੀ। ਤੇ ਇਸ ਦੇ ਨਾਲ ਹੀ ਪਿਆਰੀ ਸਾਧ ਸੰਗਤ ਜੀ, ਭੈਰੋਂ ਬਲੀ ਜੋ ਕਿ ਲੱਖਾਂ ਦੇ ਦਾਤੇ ਦੇ ਅਗਵਾਨ ਆ, ਮੂਹਰੇ ਮੂਹਰੇ ਚੱਲਦੇ ਹਨ, ਉਹਨਾਂ ਦੀ ਵੀ ਬਹੁਤ ਹੀ ਖੂਬਸੂਰਤ ਅਤੇ ਪਿਆਰੀ ਪ੍ਰਤਿਮਾ ਰੱਖੀ ਹੋਈ ਆ। ਭੈਰੋਂ ਛੜੀਆ ਤਾਂ ਬੈਠਾ ਉੱਚੇ ਬੰਗਲੇ ਜੀ, ਪੀੜੇ ਰੰਗਲੇ, ਤੇਰੀਆਂ ਸੰਗਤਾਂ ਤਾਂ ਆਈਆਂ ਦੂਰੋਂ ਚੱਲ ਕੇ ਜੀ, ਹੱਥ ਬੰਨ ਕੇ ਤੁਸੀਂ ਦਿਓ ਮੁਰਾਦਾਂ ਪੀਰਾ ਮੰਗੀਆਂ ਜੀ। ਇਹ ਸਾਧ ਸੰਗਤ ਜੀ, ਦਰਬਾਰ ਦਾ ਗੁੰਮਟ ਆ, ਜੋ ਕਿ ਤੁਸੀਂ ਹੁਣ ਦੇਖ ਰਹੇ ਆ। ਹੁਣ ਇਹ ਪੂਰੇ ਦਰਬਾਰ ਦੀ ਬਾਹਰਲੀ ਸਾਈਡ ਦੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ। ਤੇਰੇ ਦਰਬਾਰ ਤੋਂ ਵੱਧ ਕੇ ਕੋਈ ਦਰਬਾਰ ਨਹੀਂ ਪੀਰਾ। ਇਹ ਦਰਬਾਰ ਤੇ ਆ ਕੇ ਸਾਧ ਸੰਗਤ ਜੀ ਰੂਹ ਖੁਸ਼ ਹੋ ਜਾਂਦੀ ਆ, ਤੇ ਨਾਲ ਹੀ ਲੱਖਾਂ ਦੇ ਦਾਤੇ ਦਾ ਨਿਸ਼ਾਨ, ਹਰੇ ਰੰਗ ਦਾ ਝੰਡਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਤੁਹਾਨੂੰ ਹੁਣ ਅਸੀਂ ਦਿਖਾਉਣ ਜਾ ਰਹੇ ਹਾਂ। ਤੇ ਉਸ ਦੇ ਕੋਲ ਹੀ ਵੀ ਲੱਖਾਂ ਦੇ ਦਾਤੇ ਦੇ ਚਿਰਾਗ ਵੀ ਜਗਦੇ ਹਨ। ਜੈਕਾਰਾ।